ਚਾਚੇ ਹਾਂ ਹੁਣ ਮੇਰੇ ਜਾਣੀ ਦੀ ਧਾਗੇ ਤੋਂ ਡੋਰਿਆ ਹੁੰਦਾ ਕਿਆ ਹੋ ਗਿਆ ਨੂੰ ਧਾਗੇ ਤੋਂ ਟੁੱਟ ਜਾਂਦਾ ਧਾਗੇ ਤੋਂ ਟੁੱਟ ਜਾਂਦੀ ਹੈ ਮੈਂ ਕਹਣਾ ਹੁਣ ਸੁਣ ਖਾਈ ਦਾ ਪਤਾ ਨਹੀਂ ਕਿਆ ਚੱਕਰ ਹੈ ਉਹ ਧਾਗਾ ਟੁੱਟਣ ਲੱਗ ਗਈ ਆ ਤਾਂ ਹੀ ਖੋਲਣ ਲੱਗ ਗਈ ਧਾਗਾ ਪੂਰਾ ਵੀ ਹੈਗਾ ਵਿੱਚ ਨਹੀਂ ਤੋੜਦੀ ਹੈ ਧਾਗਾ ਪੂਰਾ ਇਹ ਜਿਹੜਾ ਮਸ਼ੀਨ ਚ ਹੁੰਦਾ ਨਾ ਉੱਕਣ ਚੱਲਦਾ ਇਹ किस्मत माड़ी चे अपनी आनी हो बस जिदा मान ला मैं देखना जिदा हो गया बैठ हो ठीक लगे बाप दूआ बलटेर है नी बलटेर अमने आप जेड़ा बड़ा ता ही सला कौड़ा है लूमड़ी वर्गा हां एडम लूमड़ी दी मां ओही थी लूमड़ी वर्गी छोटी जी बरीक जी बापू दा बलटेर है घूम के आऊ धागा लगना पता हूं खबरे कि देखो भी रूल काम बंद हो मेरी सुन गल रूल सवेरे पहले मेरी होनी चाहिए कल सत्त जवाब दे गया कल खत्म हो गया गनासा मशीन तो बहुत है रैक आना ट्रैले दूए लंबे ट्रैले आने
ਰੈਕ ਰੈਕ ਅਲੱਗ ਕਟਰ ਅਲੱਗ ਇਹ ਛੋਲੇ ਵੀ ਜਿਹਨੇ ਬਾਈ ਕਰਨੇ ਮਸਰੀਆਂ ਮੂੰਗਫਲੀ ਜਿਹੜਾ ਹਾਲ ਗੌਰਮੈਂਟ ਦਾ ਹੋਇਆ ਹੈ ਮੂੰਗਫਲੀ ਲਾਓ ਹੈ ਮੂੰਗਫਲੀ ਲਾਓ ਮੂੰਗਫਲੀ ਹੁੰਦੀ ਸੀ ਆਪਣੇ ਅਸੀਂ ਚੁਗੀ ਆ ਬਾਪੂ ਜੀ ਨਾਲ ਪਿੱਛੇ ਪਾਪੇਰਾਂ ਨੇ ਸੂਏਪਾਰ ਵਾਲੇ ਖੇਤਾਂ 'ਚ ਮੂੰਗਫਲੀ ਹੁੰਦੀ ਮੂੰਗਫਲੀ ਹੁੰਦੀ ਸੀ ਮੱਕੀ ਮਾਂਹ ਇਹ ਪੂਰੀ ਫਸਲ ਹੁੰਦੀ ਸੀ ਗੱਡਾ ਕਹਿੰਦੇ ਭਰ ਜਾਂਦਾ ਤਾਂ ਖੁਸ਼ ਹੋ ਜਾਂਦਾ ਤਾਂ ਸ਼ਾਮ ਤੱਕ ਹੋਰ ਜਿਹੜੀ ਮੈਂ ਤੈਨੂੰ ਦੱਸਦਾ ਸਾਨੂੰ ਅਸੀਂ ਨਾ ਬਹੁਤ ਹੱਕੇ ਆ ਉਹਦੇ ਪਰ ਐ ਮਾਂਹ ਕਾਉਣੇ ਨੂੰ ਮਾਂਹ ਕਾਉਂਦੇ ਹੁੰਦੇ ਤੇ ਨਾ ਕਈ ਤੰਗੜੀਆਂ ਨਾਲ ਪੱਟ ਪੱਟਣੇ ਗੈਲ ਦੀ ਗੈਲ ਮਾਂਹ ਅਸੀਂ ਗਾਏ ਆ ਬਹੁਤਾਂ ਨਾਲ ਜਿਹੜਾ ਪਹਿਲਾਂ ਕਣਕ ਕਾਹੇ ਕਰਦੇ ਕਣਕ ਵੀ ਤਾਂ ਇੱਕ ਨਹੀਂ ਕਹੁੰਦੇ ਬਹੁਤਾਂ ਦੇ ਪੈਰਾਂ ਨਾਲੇ ਕਹੁੰਦੇ ਹੁੰਦੇ ਫਿਰ ਆਈ ਜਾਂਦੇ ਤੇ ਫਿਰ ਸਾਡੀ ਡਰੰਮੀ ਆ ਗਈ ਤੇਰਾ ਬਾਬੇ ਨੇ ਸਾਰੇ ਦੇਣੀ ਪਹਿਲਾਂ ਟੁੱਕੀ ਜਾਣੀ ਉਹਨੇ ਕਿਵੇਂ ਤੰਗੜੀ ਥੱਲੇ ਦੇ ਕੇ ਖੜਨਾ ਝਰਨਾ ਨੀ ਦਿੰਦਾ ਉਹ ਮਸ਼ੀਨ ਨੂੰ ਕਹਿੰਦੇ ਖੁਸ਼ ਬਾਤ ਹੋਏ ਡਰੰਮੀ ਆਏ ਤੇ ਡਰੰਮੀ ਆਏ ਤੇ ਐਂ ਖੁਸ਼ ਹੋਏ ਆ ਬਹੁਤਾਂ ਦਾ ਕੰਮ ਮੁੱਕ ਗਿਆ ਇੰਗਣਾਂ ਵੀ ਚੱਲਦੀਆਂ ਡਰੰਮੀਆਂ ਉਹ ਮੋਟਰਾਂ ਵੀ ਜਾਂ ਕਿਸੇ ਦੇ ਇੰਗਣੇ ਹੁੰਦਾ ਤਾ ਉਹ ਤੂੜੀ ਦਾਹ ਮਾਰੀ ਜਾਂਦੀ ਸੀ ਦਾਣੇ ਥੱਲੇ ਗਿਰੀ ਜਾਂਦੇ ਤੇ ਉਹੀ ਪੱਖੇ ਮੂਹਰੇ ਦਾਣੇ ਆਏ ਮਾਰੀ ਜਾਂਦਾ ਤਾ ਬੰਦਾ ਜਾਣੇ ਬਾਈ ਆਏ ਵੀ ਤੁਸੀਂ ਤਰੱਕੀ ਬਹੁਤ ਦੇਖ ਲਈ ਸਾਡੇ ਤਾਂ ਹੁੰਦੀ ਸਾਡੇ ਮੇਰੀ ਸੋਚੀ ਜਾਣੀ ਕਿ ਬਹੁਤ ਤਰੱਕੀ ਕਰੀ ਉਹੀ ਕਹਿੰਦਾ ਤੁਸੀਂ ਤਰੱਕੀ ਮੇਰੀ ਸੋਚੀ ਮੈਂ ਤਰੱਕੀ ਜੀ ਖਤਮ ਹੋ ਜਾਣੀ ਜਿਹੜੀ ਸਾਫ ਫਸਲਾਂ ਦੀ ਹੋਈ ਹੈ ਮੇਰੀ ਉਮਰ ਤੇ ਖਤਮ ਹੋ ਜਾਣਾ ਕੰਮ ਦਿਖਦਾ ਮੈਨੂੰ ਸਮਝ ਆ ਲੱਗੇ ਨਾ ਰੋਲਣ ਇਹਦੇ ਮੈਂ ਖਤਮ ਹੋ ਜਾਣੇ ਇਹ ਜਾਣੀ ਅਸੀਂ ਦੇਖ ਲਿਆ ਕੰਮ ਸਾਰਾ ਮੂੰਗਫਲੀ ਚਾਚੇ ਨੇ ਸ਼ੁਰੂ ਕਰਿਆ ਤਾਂ ਵੀ ਹਾਂ ਵੀ ਦਾਣਾ ਵੀ ਨਹੀਂ ਹੈਗਾ ਅਨਾਜ ਦਾ ਉੱਥੇ ਸ਼ੁਰੂ ਕਰਿਆ ਹੁਣ ਇਹਨਾਂ ਖਤਮ ਕਰਨਾ ਇੱਥੇ ਜਾਣਾ ਫੇਰ ਨਾ ਹੋਵੇ ਜਾਣੀ ਅਸੀਂ ਲੈਟਣਾ ਨਾਲ ਹਾਲ ਸਵੇਰੂ ਚੱਲਦੇ ਦੇਖ ਲੇ ਸਾਲ ਨਹੀਂ ਦੇਖਦੇ ਰਜਾਈ ਨੂੰ ਏਸੀ ਵੀ ਲਾ ਲੈਂਦਾ ਮੈਂ ਜਿਹੜੀਆਂ ਰਜਾਈਆਂ ਪੁਰਾਣੀਆਂ ਤੇ ਨਾ ਪੁਰਾਣੀਆਂ ਰਜਾਈਆਂ ਮੈਂ ਭਈਆਂ ਨੂੰ ਦਿੱਤੀਆਂ 3-4 ਨੂੰ ਉਹ ਪਹਿਲਾਂ ਫੱਕ ਵੀ ਤਾਂ ਪੈਣ ਦਾ ਅੱਗੇ ਪੈਂਦੇ ਵੀ ਕਿੱਥੋਂ ਤਾਂ ਅੰਦਰ ਵੜ ਕੇ ਪਈ ਜਾਂਦੇ ਪਹਿਲਾਂ ਤਾਂ ਉਹ ਹੁੰਦਾ ਜੇ ਮਲਾ ਹੁੰਦਾ ਨਹੀਂ ਕਿਆ ਹੁੰਦਾ ਬਰਾਂਡਾ ਵੀ ਖੁੱਲਾ ਹੁੰਦਾ ਉਹਦਾ ਹਵਾ ਆਉਂਦੀ ਸੀ ਖੁੱਲੀ ਰਜਾਈ ਦੀ ਲੋੜ ਤਾਂ ਸੀ ਹੁਣ ਤਾਂ ਕਮਰਾ ਚਾਰੇ ਪਾਸੇ ਲੌਕ ਹੈ ਬਲੌਕ ਬੰਦਾ ਸਾਹ ਲੈਂਦਾ ਉਹਦੇ ਨਾਲ ਗਰਮ ਹੋ ਜਾਂਦਾ ਆਹ ਚੱਕਰ ਇਹਦਾ ਫਰਕ ਪੈ ਗਿਆ ਉਹਦਾ ਨੀਂਦ ਦਾ ਫਾਕੀ ਬਹੁਤ ਪੈਂਦਾ ਉਹਨਾਂ ਨਾਲ ਜੇ ਬਾਹਰ ਤੂੰ ਪਿਆ ਨਾ ਉਹ ਚ ਬੇੜੇ ਜਿਹੀ ਮੈਂ ਪਿਆ ਮਤਲਬ ਕਿਆ ਹੁੰਦਾ ਉਹ ਉਹਦੇ ਨਾਲ ਫਿਰ ਨੀਂਦ ਬਹੁਤ ਵਧੀਆ ਆਉਂਦੀ ਹੈ ਤਾਂ ਹੀ ਤਾਂ ਪਤਾ ਹੀ ਨਹੀਂ ਲੱਗਦਾ ਸਵੇਰੀਓ ਪਤਾ ਲੱਗਦਾ ਵੀ ਬ੍ਰਾਂਡ ਦੀ ਨੀਂਦ ਵੀ ਬਹੁਤ ਵਧੀਆ ਆਉਂਦੀ ਬ੍ਰਾਂਡ ਚ ਚੋਰੀ ਹੋ ਗਈ ਫਲਾਣਾ ਹੋ ਗਿਆ ਧਮਕਾ ਹੋ ਗਿਆ ਅੱਗੇ ਖੁੱਲੇ ਹੁੰਦੇ ਤੇ ਹੁਣ ਕਮਰਿਆਂ ਵਿੱਚ ਬੰਦ ਦਾ ਪਤਾ ਨਹੀਂ ਲੱਗਦਾ ਕੁਝ ਵੀ ਮੈਨੂੰ ਨਹੀਂ ਪਤਾ ਇੱਕ ਬੰਦਾ ਤਾਂ ਅੱਗੇ ਡੰਗਰਾਂ ਕੋਲ ਪੱਕਾ ਹੀ ਪੱਕਾ ਪੈਂਦਾ ਪੱਕਾ ਇੱਕ ਬੰਦਾ ਪੱਕਾ ਬਾੜੇ ਪੈਣਾ ਵਾ ਉਹਨਾਂ ਜਿੱਡਾ ਮਰਜੀ ਲਾ ਜੋ ਮਰਜੀ ਆ ਜੋ ਹਾਂ ਇੱਕ ਬੰਦਾ ਬਾੜੇ ਚ ਪਊਗਾ ਹੀ ਪਊਗਾ ਸਾਡੇ ਮੈਨੂੰ ਯਾਦ ਆ ਰਿਹਾ ਉੱਥੇ ਜਿੱਥੇ ਮਸ਼ੀਨ ਖੜੀ ਹੁੰਦੀ ਧਲਾਨ ਹੁੰਦਾ ਬਹੁਤ ਬੜਾ ਸਾਡੇ ਵੀ ਕੰਮ ਤਾ ਧਲਾਨ ਤੇ ਵਿੱਚ ਤੂੜੀ ਹੁੰਦੀ ਸੀ ਮੈਨੂੰ ਯਾਦ ਆ ਸਾਡੇ ਮੈਸਾਂ ਖੜੀ ਹੁੰਦੀ ਉੱਥੇ ਮੰਜਾ ਪੱਕਾ ਡਿਆ ਹੁੰਦਾ ਨਾਲ ਉਹਨਾਂ ਨੇ ਪੱਕਾ ਉੱਥੇ ਪਿਆ ਚਲਾਨ ਵੀ ਐਡਾ ਹੁੰਦਾ ਤਾਂ ਸਾਡੇ 12 ਖਾਣਾ ਇੱਧਰ 12 ਖਾਣਾ ਇੱਧਰ ਗੱਬੇ ਲਟੈਣ ਹੁੰਦੀ ਸੀ ਖੁੱਲਾ ਇੱਧਰ ਹੈ ਹਏ ਜਮਾਨੇ ਹੀ ਲੱਦ ਗਏ ਅਸੀਂ ਸਾਰੇ ਗਾਡਰ ਵੱਡੇ ਆ 25-25 ਫੁੱਟ ਦੇ 25-25 ਫੁੱਟ ਦੀ ਲਟੈਣ ਸੀ 25 ਫੁੱਟ ਗਾਡਰ ਉਹ ਮੋਟਾ ਗਾਡਰ ਹੁੰਦਾ ਤਾ 25 ਫੁੱਟ ਗਾਡਰ ਆ ਇਹਨੂੰ ਛੱਡੇ ਟਾਈਮ ਮਤਲਬ
ਉਹ ਟਾਈਮ ਦਿਲ ਖੁਸ਼ ਹੁੰਦਾ ਦਾ ਬਾਈ ਉਹ ਮਰਜੀ ਜੋ ਮਰਜੀ ਕਹੀ ਜਾ ਇੱਕ ਦੇ ਕੋਠੇ ਪਰ ਤੇ ਚੜੇ ਵੇ ਪਤਾ ਨਹੀਂ ਕਿਹਦੇ ਜਾ ਕੇ ਉਤਰ ਜਾਣਾ ਬਸ ਬਸ ਕਿਹਦੇ ਤੇ ਜਿਹੜੇ ਸੀ ਹੁਣ ਟੀਨਾਂ ਨੂੰ ਗੱਡਰ ਪਾਏ ਤੂੜੀ ਵਾਲੇ ਪਰ ਉਹੀ ਟਾਈਮ ਤੇ ਗੱਡਰ ਆ ਉਹ 25-25 ਫੁੱਟ ਤੇ ਗੱਡਰ ਤੇ ਉਹ ਸਾਡੇ ਆਪਣੇ ਏਰੀਆ ਮਾ ਸਰਜੀਤ ਇੱਕ ਸਾਡਾ ਘਰ ਤੁਹਾਡਾ ਘਰ ਰਹਿ ਗਿਆ ਵਿੱਚ ਕਰਕੇ ਕੋਈ ਰਿਹਾ ਕਾਮੀ ਸਭ ਖਾਲੀ ਹੋ ਗਏ ਉਹੀ ਘਰ ਹੁੰਦੇ ਤੇ ਪਹਿਲਾਂ ਨਹੀਂ ਆਪਾਂ ਸਾਰੇ ਇਕੱਠੇ ਤੇ ਪਹਿਲਾਂ ਕਾਮੀ ਰਹੀ ਕਰਮਜੀਤ ਹੋ ਗਿਆ ਹਾਂ ਉਹਦੇ ਨਾਲ ਰਣਜੀਤ ਸਿੰਘ ਦਾ ਘਰ ਹੁੰਦਾ ਸਾਰੇ ਘਰ ਨਾਲ ਸਾਡਾ ਦਲਵੀਰਾਂ ਦਾ ਸਤਵੀਰਾਂ ਦਾ ਯਾਰ ਮੇਰੀ ਕਿੰਨੇ ਘਰ ਤੇ ਥਾੜੇ ਲਾ ਕੇ ਥਾੜੇ ਘਰ ਦੇਖ ਲਓ ਕਿੱਥੇ ਨਹੀਂ ਫੈਲ ਗਏ ਉਹ ਜਿਹੜਾ ਸਾਡਾ ਕਰੇ ਕਰੇ ਤੇ ਦੇਖ ਲਾ ਉੱਥੇ ਉਹੀ ਘਰ ਰਹਿੰਦੇ ਤੇ ਹਾਂ ਜਾਂ ਅਸੀਂ ਇਕੱਠੇ ਤੇ ਉਹੀ ਘਰ ਰਹਿੰਦੇ ਤੇ ਹੁਣ ਸਾਡੇ ਦੇਖ ਲੈ 1 2 3 4 5 6 ਤਿੰਨ ਉਹਨਾਂ ਦੇ ਹੋ ਗਏ ਸੱਤ ਸਾਡੇ ਦਾ ਬਣ ਗਏ ਸਾਡੇ ਦਾ ਉਰ ਤੱਕ ਆ ਗਿਆ ਬੰਗਲਾ ਦੇ ਲਓ ਤੱਕ ਬੈਠੀ ਜਾ ਗੱਲਾਂ ਗੁਰਦੁਆਰੇ ਚਲ ਜਾਣਾ ਬਹੁਤ ਹੀ ਡਰਾ ਦੇਣਾ ਉਹ ਫਲਾਣੀ ਜਗ੍ਹਾ ਭੂਤ ਤੇ ਸਵੇਰੇ ਗੁਰਦੁਆਰੇ ਟੇਕ ਕੇ ਕੋਈ ਗੱਲ ਕੰਮ ਦਾ ਫਰਕ ਪੈ ਗਿਆ ਗਾਹਾਂ ਦੇ ਗਾਹਾਂ ਹੋਰ ਤਰ੍ਹਾਂ ਦਿਨ ਹੋ ਗਏ ਹੁਣ ਉਹ ਜੀ ਲੱਗਦਾ ਮੋਬਾਈਲ ਤੇ ਗੱਲਾਂ ਮਾਰੀ ਜਾਂਦੇ ਤੇ ਹੁਣ ਮੋਬਾਈਲਾਂ ਤੇ ਬਿਜੀ ਮੋਬਾਈਲਾਂ ਨਹੀਂ ਪੈਸੇ ਪੱਟੀ ਮੇਰੇ ਕਰੀ ਜੋ ਮਰਜ਼ੀ ਕਹੀ ਜਾਵੇ ਗੋਲੀਆਂ ਦਾ ਬਾਈ ਉੱਥੇ ਉੱਥੇ ਖੇਡ ਹੁੰਦੇ ਆਹ ਖੂਹ ਕੋਲ ਹਾਂ ਖੂਹ ਆਹ ਨੀ ਤਾਂ ਫਸ ਨੀ ਦੇ ਖੂਹ ਚ ਕੱਚਾ ਸਿਰ ਤੱਕ ਗੁਰਦਾ ਤਾਂ ਕੱਚਾ ਹੁੰਦਾ ਬਾਈ ਉਹ ਬਾਈ ਲੈਣ ਲੱਗੀ ਲੈਣ ਐ ਲੈਣ ਲੰਬੀ ਸਾਰਿਆਂ ਦੇ ਗੁੱਟੇ ਹੁੰਦੇ ਤੇ ਨਾਲ ਐਂ ਢਾਵਾਂਗੇ ਤੇ ਗੁੱਟਾ ਕਰਕੇ ਚੱਲ ਇਹਦੇ ਗੁੱਟਾ ਹਾਂ ਟਾਈਮ ਤਾਂ ਬਾਈ ਉਹ ਵੀ ਟਾਈਮ ਤਾਂ ਟਾਈਮ ਹੀ ਖਤਮ ਹੋ ਗਏ ਬਾਈ ਹੁਣ ਨਾ ਹੂੰ ਅਧੀਆਂ ਖਲਾਰਾਂ ਮੋਬਾਈਲਾਂ ਪਰ ਹੋ ਗਏ ਜਿਹਦੇ ਮਰਜ਼ੀ ਘਰ ਵੜ ਜਾ ਖਲਾਰਾਂ ਨਹੀਂ ਉਹਦੀ ਮੈਂ ਕਹਿੰਦਾ ਸੂਈਸਾਈਡ ਟੁੱਟ ਗਈ ਜਿਹੜੀ ਵਿੱਚ ਜਾ ਕੇ ਕੱਢ ਕੇ ਲਿਆਉਂਦੀ ਤਾਂ ਅੱਗੇ ਟਾਈਟ ਕਰਦੀ ਹੈ ਤਾਂ ਹੀ ਖੜ ਗਏ ਤਾਂ ਹੀ ਖੜੇ ਆ ਉਹ ਹੋਰ ਚੱਕਰ ਕੋਈ ਨਹੀਂ ਹੋਇਆ ਲੰਬਾ ਕੰਮ ਛੇੜ ਲਿਆ ਹੋਣੀ ਲੰਬਾ ਤਾਂ ਨਹੀਂ ਹੈਗਾ ਜੇ ਇਹਨਾਂ ਨੂੰ ਪਤਾ ਹੋਇਆ ਫਿਰ ਤਾਂ ਛੇਤੀ ਪਤਾ ਹੁੰਦਾ ਬਾਈ ਜਦੋਂ ਚੱਲ ਪੈਣਾ ਤਾਂ ਪਹਿਲਾਂ ਵੀ ਖੜਾ ਲਈ ਧਾਗਾ ਤਾਂ ਸਾਡੇ ਕੱਲ 3 ਕਿੱਲਾ ਬਦਲ ਲਿਆ ਇਹਨਾਂ ਨੇ ਅੱਛਾ ਐ ਹੋ ਗਿਆ ਤੁਹਾਡੇ ਵੀ ਐ ਹੋ ਗਿਆ ਨਾ ਜਦੋਂ ਬਦਲ ਦਿੰਦੇ ਜਾਂ ਖਤਮ ਹੁੰਦਾ ਤਾਂ ਇਹ ਖਤਮ ਇਹ ਤਾਂ ਖਰਾਬ ਹੋਇਆ ਕੁਛ ਨਾ ਖਰਾਬ ਹੋ ਗਿਆ ਖਤਮ ਤਾਂ ਉਹਦੇ ਇਹਨਾਂ ਦਾ ਧਾਗਾ ਪਿਆ ਯਾਰ ਮਸ਼ੀਨ ਦੇ ਉਹਦੇ ਨਾਲ ਪਿਆ ਦਿਖਦੇ ਹਨ ਉਹਦੇ ਮਸ਼ੀਨ ਵਾਲੀ ਕੰਮ ਹੈ ਅੱਗੇ ਮਾੜੀ ਮੋਟੀ ਸੂਈ ਇੱਧਰ ਉੱਧਰ ਪਿਆ ਸੂਆ ਜਾਈ ਹੈ ਇਹਨੂੰ ਵੀ ਇਹਨੂੰ ਸੂਆ ਜਾਈ ਹੈ ਉਹ ਚੱਲਦਾ ਜਿਹੜਾ ਬੰਨ ਬਣਾਉਂਦਾ ਹੁਣ ਮਾੜਾ ਮੋਟਾ ਇੱਧਰ ਉੱਧਰ ਲੱਗ ਗਿਆ ਧਾਗਾ ਵੱਢਣ ਲੱਗ ਜਾਂਦਾ ਉਹ ਸਮਝਿਆ ਆਪਾਂ ਜਦੇ ਫਿਟਰ ਖੋਲ ਕੇ ਬਹਿ ਜਾਂਦੇ ਮਸ਼ੀਨ ਦਾ ਕੱਪੜੇ ਸੁਣ ਵਾਲੀ ਦਾ ਹਾਂ ਹੁਣ ਇਹਨਾਂ ਦਾ ਇਹਨੂੰ ਪਤਾ ਵੀ ਕਿਆ ਖੋਲਣਾ ਹੁੰਦਾ ਹੈ ਕਿ ਨਹੀਂ ਪਰ ਐਂ ਦੱਸਦੇ ਕਹਿੰਦੇ ਜੇ ਖੜ ਗਈ ਕਹਿੰਦੇ ਫਿਰ ਟਾਈਮ ਲੰਬਾ ਹੀ ਲੰਦੀ ਹੈ ਹਾਂ ਇਹ ਸਾਰਾ ਸਮਾਨ ਸਪੇਅਰ ਪਾਰਟ ਵੀ ਮਹਿੰਗਾ ਇਹਦਾ ਇਹਦਾ ਸਪੇਅਰ ਪਾਰਟ ਮਹਿੰਗਾ ਹੈ ਕਹਿੰਦੇ ਜੇ ਉਹਦੇ ਖੋਲ ਕੇ ਲਿਜਾਈਏ ਕਹਿੰਦੇ 10,000 ਦਾ ਤਾਂ ਸਮਾਨ ਹੈ ਕੋਈ ਵੀ ਹੈ ਆਹੋ ਫਿਰ ਸਪੇਅਰ ਪਾਰਟ ਮਹਿੰਗਾ ਇਹਦਾ ਤਾਂ ਮਿਲ ਤਾਂ ਜਾਂਦਾ ਹੋਣਾ ਰੋਪੜ ਏਜੰਸੀ ਹੈ ਤਾਂ ਹੈਗੀ ਨਾ ਜੀ ਆਹੋ ਇਹ ਇਹਨਾਂ ਦੀ ਉਹ ਮਸ਼ੀਨ ਆ ਕਿਹੜੇ ਆ ਇਹ ਸ਼ਕਤੀਮਾਨ ਸ਼ਕਤੀਮਾਨ ਵਾਲੇ ਦੀ ਉਹ ਇਹ ਸ਼ਕਤੀਮਾਨ ਵਾਲੇ ਦੇ ਹੋਰ ਹੈ ਇਹ ਹੋਰ ਅੱਛਾ ਰੰਗ ਸ਼ਕਤੀਮਾਨ ਵਾਲੇ ਆਹੋ ਸ਼ਕਤੀਮਾਨ ਵਾਲੇ ਦੀ ਖੜੀ ਆ ਉੱਥੇ ਨਵੀਆਂ ਮਸ਼ੀਨ ਦਾ ਉੱਪਰ ਪਤਾ ਨਹੀਂ ਕੁਛ ਉੱਪਰ ਮਿਕਸਰ ਟਰੈਕਟਰ ਦਾ ਨਵਾਂ ਜੁੜਿਆ ਵੇ ਇਹਨੂੰ ਹੈਨਾ ਇਹ ਸਾਰੇ ਵੀ ਦੇਖੀ ਤਾਂ ਜਾ ਖਰ ਦੇ ਕਰਦੇ ਨਾ ਟਰੈਕਟਰ ਯਾਰ ਗਨਾਸਾ ਵੱਜਦਾ ਇਹਦੇ ਪਰ ਬੱਟੇ ਨਹੀਂ ਸੌਖੀ ਯਾਰ ਤੇ ਦੇਖ ਤਾਂ ਕਈ ਆਪਾਂ ਘਰ 20 ਪੰਡਾ ਟੱਕਣ ਨੂੰ 3 ਕਿਲਾ ਟਾਇਟ ਵੀ ਬਹੁਤ ਹੈ ਆ ਤਾਗਾ ਹੀ ਬਹੁਤ ਪੱਕਾ ਤਾਗਾ ਹੀ ਸਾਲਾ ਬਹੁਤ ਲੱਗਦਾ ਹੋਣਾ ਨਾ ਹੈ ਇਸ ਵਾਰੀ ਪੀਲਾ ਜਾ ਗਿਆ ਪਿਛਲੇ ਸਾਲ ਰੰਗ ਬਰੰਗਾ ਜਿਹਾ ਤਾਂ ਇਹ ਬਾਕ ਆਏ ਤਾਂ ਨਹੀਂ ਹੈਗਾ ਤਾਂ ਕਾ ਹੈਗਾ ਐ ਆਇਓ ਲੰਬਾ ਹੀ ਆ ਬਸ ਪਹਿਲਾਂ ਗੱਠ ਵੀ ਦੇਣੀ ਹੈ ਇਹਨੇ ਹਲੀ ਵੇਖ ਲੈ ਗੱਠ ਵੀ ਹੱਥ ਨਾਲ ਖੋਲਣੀ ਜੇ ਤਾਂ ਖੋਲਣੀ ਹੋਰ ਸੁਰ ਸੁਪਰਾਈ ਗੱਠ ਹੁੰਦੀ ਹੈ ਫਿਰ ਇਹ ਵੱਢਣਾ ਤਾਂ ਕਾ ਦੇਖ ਲੈ ਤੂੰ ਇਹ ਤਾਂ ਬੰਦੇ ਦੀ ਦਿਮਾਗ ਹੈ ਗੱਗੇ ਇਹ ਇਹ ਗੱਗੇ ਨਾਲ ਹੀ ਰਹਿੰਦਾ ਜ਼ਿਆਦਾ ਜੇ ਗੱਗੇ ਨਾਲ ਹੀ ਰਹਿੰਦਾ ਘਰ ਵੀ ਆ ਕੇ ਖੜਦਾ ਹੋਣਾ ਹੈ ਜੇ ਗੱਗਾ ਝੜਕਦੇ ਹੋਵੇ ਘਰ ਜਾ ਕੇ ਖੜਦਾ ਹੋਣਾ ਹੈ ਨਾ ਨਾ ਹਾਂ ਇਹ ਕੜੀ ਬਹੁਤ ਕੁੱਤੀ ਮਸਾਲਾ ਹੈ ਹਾਂ ਜਾਂ ਇਹੋ ਕੁੱਤਾ ਇਹੋ ਕੁੱਤਾ ਦਾ ਕੁੱਤੀ ਬਦਲਦਾ ਹੋਣੀ ਹੋਊਗਾ ਯਾਰ ਹੁਣ ਸਾਊਗਾ ਤਾਂ ਸਾਊਗਾ ਹੁਣ ਇਹ ਯਾਰ ਵੀ ਵਿਗੜ ਗਿਆ ਇਹ ਦਾਦੀ ਹੱਥ ਲੱਗੇ ਇਹਨੂੰ ਬਹੁਤ ਕੌੜਾ ਮੇਰੇ ਕੌੜਾ ਹੈ ਮੈਂ ਸਾਊਗੀ ਹੈ ਬਹਾਉਜ ਸਾਊਗਾ ਕੌੜ ਤਾਂ ਨਹੀਂ ਬਰੀਡ ਮਿਕਸ ਹੈ ਇਹ ਆਹੋ ਸਾਊਰ ਬੱਟੇ ਦੇ ਕੁੱਤਾ ਕਹੇ ਜਾਂਦਾ ਫਿਰ ਹੁਣ ਤੋਂ
ਪਾਲ ਕੱਲ ਦੁੱਧ ਰੁੱਲ ਗਿਆ ਉੱਥੇ ਢੋਰ 40 ਕਿਲੋ ਮਸੂਰ ਵਾਲਿਆਂ ਦਾ ਡੈਰੀ ਨੂੰ ਆਉਣ ਲੱਗਿਆਂ ਦਾ ਜਿੰਨੇ ਕੂਤਰ ਦੇ ਕੁੜੀ ਚੋਂ ਐ ਫੁੱਲ ਕੇ ਥਲੇ ਦੁੱਧ ਪੀ ਪੀ ਗਏ ਉਹਦੇ ਰੱਬ ਬੈਠਾ ਉੱਪਰ ਹਾਂ ਆਪੇ ਸੁਣਦਾ ਉਹ ਮੈਂ ਕਹਿੰਦਾ ਵੀ ਸਾਰੇ ਸਾਰੇ ਕੁੱਤੇ ਇਕੱਠੇ ਹੋ ਉੱਥੇ ਕਿੱਥੇ ਤੇ ਕਿੱਥੇ ਪਜਾਇਆ ਲਾਉਣੇ ਨਹੀਂ ਕੁੱਤੇ ਉਹਨੇ ਸਾਲੇ ਉਹ ਲੜਨ ਲੱਗ ਗਏ ਫਿਰ ਦੰਦੀਆਂ ਵੱਟਣ ਇੱਕ ਦੂਏ ਤੇ ਮੈਂ ਥੋੜਾ ਪੀਰੋ ਬਹਾਦੂਰ ਸਹੀ ਪਿਆ ਤਾਂ 40 ਕਿਲੋ ਦੁੱਧ ਹੋਣਾ ਜਿਹੜਾ ਡੁੱਲਿਆ ਨਾਲ ਪਿਓਰ ਫਿਲਟਰ ਹੋਰ ਡੈਰੀ ਕੋਲ ਡੁੱਲ ਗਿਆ ਉਹ ਇੱਟ ਵੱਜੀ ਥੱਲੇ ਜਦ ਉਹ ਹੋ ਗਿਆ 3,000-4,000 ਰੁਪਿਆ ਹੀਲਾ ਕਰਨਾ ਰੱਬ ਕਹਿੰਦਾ ਇਹਨਾਂ ਦਾ ਵੀ ਬਸ ਫਿਰ ਹੁਣ ਚੂਹੀਆਂ ਹੁਣ ਧਾਨ ਗਰੇ ਆ ਜਿਹੜੇ ਆਪਣੇ ਝੜੇ ਆਪਣੇ ਧਾਨ ਬਹੁਤ ਝੜੇ ਰੇਕ ਦੇ ਜਿਹੜੀ ਗਰੀਬੀ ਸੀ ਚੂਹੀਆਂ ਥੜੀਆਂ ਹਲਵਾਈ ਦੀ ਕੁੱਤੇ ਵਰਗੀਆਂ ਹੋ ਗਈਆਂ ਚੂਹੀਆਂ ਛੋਟੀਆਂ ਨਹੀਂ ਇੰਨੀ ਚੂਹੀ ਲੋਈ ਨਹੀਂ ਹੁੰਦੀ ਹੈਗੀ ਐਡੀਆਂ ਮੋਟੀਆਂ ਹੋਈਆਂ ਪਈਆਂ ਹਲਵਾਈ ਦੇ ਕੁੱਤੇ ਹਾਂ ਬਹੁਤ ਤਕੜੀਆਂ ਚੂਹੀਆਂ ਹੋਈਆਂ ਪਈਆਂ ਇਹਨਾਂ ਨੇ ਹੁਣ ਖਰੂ ਗਾਹਾਂ ਵੱਢਣਾ ਕਣਕ 'ਚ ਤਿਆਰ ਹੋ ਰਹੀਆਂ ਹੁਣ ਖਾਣ ਨੂੰ ਗਾਹਾਂ ਬਸ ਦਾਣਾ ਖਾਂਦੇ ਕਹਿੰਦੇ ਚੂਹਾ ਘਾਟਾ ਚੂਹਾ ਤਾਂ ਪਲ ਗਏ ਚੱਲ ਚੱਲੀ ਜਾਣਾ ਪਹਿਲਾਂ ਨੇ ਵੀ ਖਾਣਾ ਜਿਹਦੇ ਲੇਖੇ ਮਾਜੂਗਾ ਮਿਲ ਜਾਣਾ ਜਿਹਨੂੰ ਮਰਜ਼ੀ ਕਰੀਏ ਜਿਹਦੇ ਦਾਣਾ 15-9 ਕਿਸਮਤ ਦਾ ਉਹਨੇ ਖਾਣਾ ਹੀ ਖਾਣਾ ਜਿਹੜਾ ਜਾਨਵਰ ਦੇ ਨਾ ਕਿਸਮਤ ਮੈਂ ਉਹਨੇ ਖਾਣਾ ਬੰਦੇ ਦੀ ਕਿਸਮਤ ਮੈਂ ਉਹਨੇ ਖਾਣਾ ਤੈ ਵੀ ਤਾਂ ਫੋਲੀ ਬੈਠਾ ਹੁਣ ਮੈਂ ਫੋਲੀ ਬੈਠਾ ਮੈਂ ਤਾਂ ਸਕਾਤੀ ਢੇਰੀ ਉਹਦੇ ਮਾਂ ਚੂਹੇ ਜੋ ਹੈ ਆ ਕੇ ਖਾਈ ਜਾਣ ਤੈਨੂੰ ਕੀ ਪਤਾ ਲੱਗਣਾ ਮੈਂ ਕਹਿੰਦਾ ਬੰਦਾ ਪਿਆ ਹੁੰਦਾ ਉੱਥੇ ਮੇਰਾ ਭਈਆ ਪੈਂਦਾ ਉਹ ਭਈਏ ਦਾ ਪੈਂਦਾ ਹਾਂ ਉਹ ਐ ਨਹੀਂ ਕਾਦੇ ਤੇ ਕੁਛ ਨਹੀਂ ਮੁੱਕਦਾ ਹੈਗਾ ਹੁਣ ਕਿੰਨੇ ਜਾਨਵਰ ਲੱਗਦੇ ਯਾਰ ਫਸਲਾਂ 'ਚ ਨਾ ਖਾਣਾ ਤਾਂ ਚੂਹਿਆਂ ਨੇ ਆ ਭਈਆਂ ਕਿਆ ਦੇਖਣਾ ਭਈਆ ਦਾ ਪਿਆ ਆਪਣਾ ਸੈੱਟ ਪਰ ਉਹ ਤਾਂ ਐਵੇਂ ਜੇ ਬੰਦਾ ਬੁੰਦਾ ਆਇਆ ਤਾਂ ਕੋਈ ਤੂੰ ਦੇਖ ਲਊਗਾ ਚੂਹਿਆਂ ਹੁਣ ਦੇਖੂਗਾ ਉਹ ਚੂਹੇ ਤਾਂ ਤਰਪਾਲ ਵੱਢ ਦਿੰਦੇ ਨੇ ਜਦ ਉਹ ਖਰਾਬ ਕਰਦਾ ਕੰਮ 600-700 ਦੀ ਤਰਪਾਲ ਹੁੰਦੀ ਉਹਨੂੰ ਟੋਕ ਲਾ ਦਿੰਦੇ ਸਾਲੇ ਮੈਂ ਕਿਹਾ ਰਾਤ ਹੀ ਭਈਆ ਪਿਆ ਉੱਥੇ ਫਿਰ ਨਾ ਹਾਂ ਤਾਂ ਹੀ ਫਿਰ ਮੈਂ ਮੁੜ ਗਿਆ ਮੈਂ ਵੀ ਬੰਦਾ ਕੋਈ ਪਿਆ ਮੈਂ ਹਰੇ ਕੌਣ ਪਿਆ ਹੋਣਾ ਚੱਲ ਲਈਏ ਮੈਂ ਸੁੱਤਾ ਕੇ ਮੈਂ ਤੂੰ ਪਿਆ ਕਿਤੇ ਨਾ ਨਾ ਮੈਂ ਤਾਂ ਭਈਆ ਦਾ ਠੀਕ ਆ ਤਾਂ ਮੈਂ ਅਸੀਂ ਮੁੜ ਮਾਡੋ ਦਾ ਕੰਮ ਟਾਲ ਲਾਂ ਭਈਏ ਕਹੀਆਂ ਤੇ ਉਰੇ ਆਉਣਾ ਹੈ ਖੜ ਗਿਆ ਕੰਮ ਉਹ ਵੀ ਖੜ ਗਿਆ ਢਿੱਲੇ ਜਿਹੇ ਉੱਤੇ ਨਾ ਨਾ ਲੱਗੇ ਵੀ ਉਹਦਾ ਉਹ ਲੱਗੇ ਵੀ ਆ ਫੋਨ ਕਰਦਾ ਤਾਂ ਉਹ ਗੱਗੇ ਦਾ ਪਰਸੋਂ ਦੇ ਫਿਰਦੇ ਗੱਗੇ ਦੀ ਬਣਾਉਣੇ ਨਹੀਂ ਇਹ ਨਹੀਂ ਫਿਰਦੇ ਮੈਂ ਫਿਰਦਾ ਉਹਨਾਂ ਨੂੰ ਇਹ ਇੱਥੇ ਲਾਰੇ ਵਾਲੇ ਆ ਬਾਈ ਉਹ ਕਹਿੰਦੇ ਪਰਸੋਂ ਦਾ ਫਿਰਦਾ ਹੈ ਇਹਦਾ ਜਾਂਦੇ ਆਪਣਾ ਜਿੱਥੇ ਇਹਨਾਂ ਦਾ ਮਿਲਿਆ ਵੱਢਣ ਵਾਲਾ ਕਿ ਇਹਨਾਂ ਦੀ ਮਸ਼ੀਨ ਤਾਂ ਨਹੀਂ ਖੜਦੀ ਇਹਦਾ ਕੰਮ ਕਰੀ ਜਾਂਦੇ ਆਪਣਾ ਯਾਰ ਇਹਦਾ ਐਵੇਂ ਕੰਮ ਕਰਾਉਣਾ ਪੈਂਦਾ ਆਪਣਾ ਵੱਢਣ ਵਾਲਾ ਨਹੀਂ ਵੱਢਣ ਵਾਲਾ ਨਹੀਂ ਆਇਆ ਹਲੇ ਵੱਢਣ ਵਾਲਾ ਤੁਹਾਨੂੰ ਕਿਸੇ ਨੂੰ ਬਸ ਮਿਲਣਾ ਹੀ ਪੈਣਾ ਜਾ ਕੇ ਵੀ ਹੱਥ ਬਾਹ ਕੇ ਬੇਨਤੀ ਕਰਨੀ ਆ ਜਾ ਭਾਈ ਵੱਢ ਦੇ ਹਾਂ ਤੂੰ ਹੱਥ ਬਾਹ ਕੇ ਬੇਨਤੀ ਕਰਨੀ ਇਹਨੂੰ ਤੂੰ ਨਾਮ ਦਾ ਪਤਾ ਕਾ ਟੋਲ ਤਾਂ ਅਸੀਂ ਲੈਣਾ ਮੈਂ ਆਪੇ ਜਾ ਹੁਣ ਬਿੱਲਾ ਹੈ ਅੱਖਾਂ ਦੇ ਬਿੱਲਾ ਨਾ ਉਸ ਸੁੱਖਾ ਸਖਾ ਨਾ ਉਹਦਾ ਯਾਰ ਸੁੱਖਾ ਨਹੀਂ ਹੋਣਾ ਯਾਰ ਸੁੱਖਾ ਨਾ ਉਹਦਾ ਮੈਂ ਪਤਾ ਕਰਿਆ ਸੁੱਖ ਓਪਨ ਕਿ ਇਹਦਾ ਕੁਝ ਨਾ ਉਹਦਾ ਯਾਰ ਇਹਨੂੰ ਪਤਾ ਹੋਣਾ ਪਰ ਅੱਖਾਂ ਦੇ ਬਿੱਲਾ ਕਿਹੜੇ ਨੇ ਵੱਡੇ ਆ ਇਹ ਉਰੇ ਹੀ ਵੱਡ ਕੇ ਗਿਆ ਉਹ ਨਹੀਂ ਨਹੀਂ ਕਾਹੂ ਯਾਰ ਹੁਣ ਤਾਂ ਇਹਨਾਂ ਨੂੰ ਕੰਮ ਕਰਨ ਦੇ ਆਪਣਾ ਠੀਕ ਹੈ ਭਰਾ ਠੀਕ ਹੈ ਨਾ ਨਾ ਵੱਡਣੇ ਤੇ ਚਾਹੀਦੇ ਯਾਰ ਉਹ ਹਾਂ ਹੁਣ ਆ ਜਾਊਗਾ ਬਿੱਲਾ ਕਿਤੇ ਨਹੀਂ ਮੈਂ ਕੀ ਕਰਾਂ ਕਹਿ ਵੀ ਖਾਦਾ ਮੈਂ ਤਾਂ ਤੇਰੀ ਅੰਮੀ ਤੱਕ ਹਟੇ ਵੀ ਲੈ ਲਿਆ ਤੇ ਮੰਨੇ ਆ ਚੱਲ ਲੈ ਲੂੰਗੇ ਯਾਰ ਕਿਆ ਕਿਆ ਲਈ ਜਾਈਏ ਹੋ ਕਿਆ ਕਿਆ ਲਈ ਜਾਈਏ ਲੋਹਾ ਖੜਾਉਣ ਤੇ ਜਗ੍ਹਾ ਨਹੀਂ ਹੈਗੀ ਹੁਣ ਪਰਚੀ ਤੇਰੀ ਭਾਈ ਫਿਰ ਨਾਲ ਲੈ ਲੈਣਾ ਹੁਣ ਕਹਾਂ ਨੂੰ ਮੈਂ ਕਿਹਾ ਵਾ ਕਰਾ ਸੌਦਾ ਜੇ ਪੁਰਾਣਾ ਮਿਲ ਗਿਆ ਪੁਰਾਣਾ ਹੀ ਲੈ ਲੈਣਾ ਆਪਾਂ ਨੇ 5,000-4,000 ਰੁਪਏ ਉੱਪਰ ਲੱਗ ਗਿਆ ਵਧੀਆ ਬਣ ਜਾਣਾ ਉਹਨੇ ਠੀਕ ਨਹੀਂ ਉਹ ਚਾਹੀਦਾ ਪੈਸੇ ਦਾ ਮੈਂ ਕਹਿੰਦਾ ਵੀ ਛੱਡ ਭਰਾ ਹੁਣ ਅੱਜ ਵੀ ਅਗਲੇ ਸਾਲ ਆਪਾਂ ਕੰਮੇ ਖਤਮ ਕਰੀਏ ਹਾਂ ਕਿਆ ਲਾਉਂਗਾ ਹੁਣ ਉਹ ਆਪਾਂ ਮੇਰੀ ਹੁਣ ਗੱਲ ਆਪਾਂ ਤਾਂ ਕਣਕ ਬੀਜਣੀ ਹੈ ਜਦੋਂ ਆਪਣਾ ਠੇਕੇ ਜਿਵੇਂ ਉਹ ਕਣਕ ਬੀਜਣੀ ਆਪਾਂ ਨੇ ਆਪਾਂ ਇਸ ਵੇਲੇ ਵਧਾਓ ਫਿਰ ਆਪਾਂ ਕਦੇ ਨਾ ਆਪਾਂ ਇਹਨਾਂ ਦੀ ਗੱਲਾਂ ਮਾ ਕੇ ਕਣਕ ਬੀਜਣੀ ਆਪਣਾ ਸੁਪਰ ਹੀਟ ਨਾਲ ਕਣਕ ਬੀਜ ਕੇ ਵੰਡੇ ਠੀਕ ਹੈ ਨਾ ਕਿਸਦਾ ਪਹਿਲੀ ਗੱਲ ਤਾਂ ਕਿਸਦਾ ਪਹਿਲਾਂ ਸੋਚੋ ਨਾ ਆਪਣਾ ਕੰਮ ਸਿੱਧਾ ਰੱਖੋ ਇਹਦੀ ਜੀ ਗੱਲ ਠੀਕ ਹੈ ਨਾ ਕਿਸਦਾ ਭਲਾ ਕਰੂੰਗਾ ਤੇਰਾ ਨੁਕਸਾਨ ਹੋ ਜਾਂਦਾ ਬਾਅਦ ਚ ਫਿਰ ਅਮਨ ਤੂੰ ਕਿਆ ਦਿਨ ਹੋ ਜਾ ਚੀਜ਼ ਕਾਹਨੂੰ ਵੋਟਾਂ ਕਰਤੀਆਂ 15 ਦੀਆਂ ਅੱਜ 20 ਅੱਜ 20 ਹੋ ਗਈ ਭਾਈ 20 ਹੋ ਗਈ ਅੱਜ 5 ਦਿਨ ਹੋ ਗਏ 5 ਦਿਨ ਹੋ ਗਏ 5 ਦਿਨ 'ਚ ਮੇਰਾ ਮੋਟਰਸਾਈਕਲ ਮਗਰੇ ਮਗਰੇ ਇਹਨਾਂ 'ਤੇ ਠੀਕ ਆ ਉਹ ਜਿਹੜੇ ਪੈਸੇ ਦਿੱਤੇ ਜਦੋਂ ਲੈ ਲੱਗ ਚੀਜ਼ ਆ ਵੀ ਜੇ ਮੈਂ ਇਸ ਮੈਸੇਜ ਲਾ ਕੇ ਬਣਾ ਦਾ ਮੈਂ ਲੋਨ ਦੀ ਪੈਣੀ ਇੰਨੀ ਇੱਧਰ ਤਾਂ ਬਣ ਗਈਆਂ ਸਾਰੀਆਂ ਹਾਂ ਆ ਫੇਰ ਚੱਲਣ ਲੱਗੀ ਆ ਇਹ ਰਹਿੰਦੀ ਸੀ ਇਹਦੀ ਹਾਂ ਆਹੀ ਰਹੀ ਚੱਚਦੀ ਆ ਇਹ ਹੁਣ ਥੋੜ੍ਹੇ ਜਾਣੀ ਦੀ ਨੇਤਰ ਦੇ ਬਾਅਦ ਮੇਰੇ ਜਾਣੀ ਹੁਣ ਇਹ ਨੇਤਰ ਆ ਚਾਚੀ ਰਹਿੰਦੀ ਆ ਇਹ ਚੱਲ ਪਏ ਫਿਰ ਤਾਂ ਸੱਚੇ ਪਾਤਸ਼ਾਹ ਯਾਰ ਇਹ ਜਿਹੜਾ ਇਹਨਾਂ ਲਾਇਆ ਤਾ ਨਾ ਉਹ ਕਟਰ ਲਾਇਆ ਤਾ ਇਹਦੇ ਮੈਂ ਤੇ ਬੋਲ ਹੀ ਹੁੰਦਾ ਇਹਨਾਂ ਬਾਈ ਬਾਕੀ ਮਾਫ਼ ਕਰ ਦਿਓ ਮੈਂ ਤੇ ਬੋਲ ਦੇਖ ਜਾਈਆਂ ਮੈਂ ਜਿਹੜਾ ਕਟਰ ਲਾਇਆ ਤਾ ਕਟਰ ਪਹਿਲਾਂ ਲੱਗਿਆ ਇਹਦੇ ਨੇਤਰ ਬਾਈ ਦੇ ਫਿਰ ਲੱਗਿਆ ਸਾਹਿਬ ਜੀ ਇਹਨਾਂ ਦੇ ਆਪਣਾ ਮਾਸਰਾਂ ਦੇ ਉਹਦੇ ਬਾਅਦ ਲੱਗਿਆ ਉਹਦੇ
ਬਿੰਦਰ ਦੇ ਬਾਅਦ ਫਿਰ ਮੇਰੇ ਕੇ ਲੱਗਿਆ ਠੀਕ ਹੈ ਐਂ ਬਾਬਾ ਬੰਨ ਹੋਇਆ ਹੁਣ ਜਦ ਇਹ ਪ੍ਰਾਣੀ ਇਕੱਠੀ ਕਰਨਾ ਇਕੱਠਾ ਕਰਨਾ ਆ ਇਹ ਪਹਿਲਾਂ ਇਹਦੇ ਕਿਉਂ ਨਹੀਂ ਕਰਕੇ ਗਿਆ ਆਹੋ ਇਹ ਉੱਧਰ ਚਲੇ ਗਿਆ ਸਿੱਧਾ ਹੀ ਇਹਨਾਂ ਦੇ ਮਾਸਰਾਂ ਦੇ ਮਾਸਰ ਦੇ ਬਾਅਦ ਬੇਬੇ ਬਿੰਦਰ ਦੇ ਬਿੰਦਰ ਦੇ ਬਾਬਾ ਬਾਅਦ ਫਿਰ ਮੈਂ ਲੈ ਗਿਆ ਪੜ ਕੇ ਠੀਕ ਆ ਹੁਣ ਫਿਰ ਜਾਂ ਕੱਲ ਇਹ ਬਣਾਉਣ ਆਇਆ ਇਹ ਫਿਰ ਬਾਈ ਇਹਦੀ ਇਹਨੂੰ ਇਹਦਾ ਬਹਿਲਾ ਬਣਾਉਣਾ ਚਾਹੀਦਾ ਤਾਂ ਆਹੋ ਉਹਦੇ ਬਾਅਦ ਜਾਂਦਾ ਫਿਰ ਇਹ ਇਹਨਾਂ ਦੇ ਮਾਸੜਾਂ ਦੇ ਮਾਸੜਾਂ ਦੇ ਬਾਹੁੰਦਾ ਮੇਰੇ ਇਹ ਹੋਰੇ ਯਾਰ ਇਹਨਾਂ ਦਾ ਹਿਸਾਬ ਨੀ ਗਾ ਇਹ ਚ ਏਦਾਂ ਇਹ ਤੈਂ ਫੜ ਲਿਆ ਮੈਂ ਫੜ ਲਿਆ ਤਾਂ ਤੇਰਾ ਇਹਦੇ ਕੋਲ ਬਹਿਣਾ ਬਹਿਣਾ ਪੈਂਦਾ ਇਹਨਾਂ ਨੂੰ ਫਿਰ ਇਹ ਵੀ ਕਿਆ ਕਰਨ ਜੇ ਬੰਦਾ ਕੋਲੇ ਬਹਿਣ ਦਾ ਕੇ ਜਾਣਾ ਪੈਂਦਾ ਇਹਨੂੰ ਵੀ ਹੁਣ ਮੈਂ ਤਾਂ ਹੀ ਬੈਠਾ ਜਿਹੜੀ ਕਾਂਟੋ ਨਾ ਇਹਦੀ ਆਏ ਹੈ ਪਤਾ ਨੀ ਆਪਾਂ ਨੂੰ ਕਮੈ ਕਮੂਨ ਦਾ ਪਤਾ ਕਿਆ ਕਰਨਾ ਮਾੜੀ ਜੀ ਇੰਨਾ ਕੰਮ ਆਈ ਮਾੜੀ ਜੀ ਕੰਮ ਆ ਨਹੀਂ ਉੱਪਰ ਨੂੰ ਉਵੀ ਉਹ ਭਾਈ ਉੱਚੀ ਬਹੁਤ ਆ ਉਹ ਭਾਈ ਉੱਚੀ ਬਹੁਤ ਢਾਲ ਉਹ ਸਾਹਮਣੇ ਆ ਅੱਛਾ ਫਿਰ ਉੱਤਰ ਜਾਣੇ ਪਰ ਕਾਹਨੂੰ ਕੰਮ ਲੈਣਾ ਨਾ ਕਿਤੇ ਚੱਲ 5 ਮਿੰਟ ਦਾ ਫਰਕ ਪੈਣਾ ਯਾਰ ਚੱਲ ਬਈ ਮਸ਼ੀਨ ਬਸ ਚੱਲ ਬਾਈ ਬਾਕੀ ਤੁਹਾਨੂੰ ਕੱਲ ਦਿਖਾਉਂਦੇ ਬਾਕੀ ਸੈੱਟ ਹੋ ਗਈ ਤਾਂ ਚੱਲ ਪੂਗੀ ਨਹੀਂ ਸਵੇਰ ਪਜਾ ਪਿਆ ਕੰਮ ਹੈ ਕਿ ਨਹੀਂ ਸਿੱਧਾ ਨਹੀਂ ਪਤਾ ਨਹੀਂ ਸਵੇਰੇ ਦਾ ਕੰਮ ਫੇਰ ਨਹੀਂ ਪਤਾ ਫਿਰ ਸ਼ਾਮ ਕੋਈ ਨਹੀਂ ਪਤਾ ਫੇਰ ਨਹੀਂ ਸੁਰ ਰਹੇਗਾ ਕਿੱਥੇ ਲੱਗ ਜਾਣਾ ਕਿੱਥੇ ਲੱਗਣਾ ਕਦ ਆਉਣਾ ਉਹਦੇ ਨੇ ਹਾਂ ਇਹ ਵੀ ਹੈਗਾ ਇੱਕ ਵਾਰ ਉੱਤੇ ਚਲੇ ਗਏ ਫੇਰ ਨਹੀਂ ਕੋਈ ਸੁਰ ਨਹੀਂ ਚੱਲ ਕਿਤੇ ਨਹੀਂ ਪਸੀਨ ਤਾਂ ਬੀਜੇ ਦਿੱਤਾ ਹੁਣ ਉਹ ਤਾਂ ਫਿਰ ਔਖਾ ਸੌਖਾ ਬੀਜਣੀ ਪਿਆ ਹੋਗੇ ਉਹਦਾ ਆਪ ਹਿੰਮਤ ਮਾਰਨੀ ਪਈ ਇਹ ਵੀ ਲੇਟ ਹੁੰਦਾ ਪਸੀਨ ਤਾਂ ਬੀਜਤਾ ਬਚ ਫੇਰ ਪਸੀਨ ਲੇਟ ਹੁੰਦਾ ਨਾ ਹੁਣ ਚੱਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ